ਖਬਰ ਹੁਸ਼ਿਆਰਪੁਰ ਦੇ ਨਜ਼ਦੀਕੀ ਪਿੰਡ ਘਾਂਟੀਆਂ ਤੋਂ ਹੈ, ਜਿੱਥੇ ਕਿ ਬੀਤੀ ਦੇਰ ਰਾਤ ਇੱਕ ਘਰ 'ਤੇ ਮੋਟਰਸਾਈਕਲ ਸਵਾਰ ਵਿਅਕਤੀ ਗੋਲੀਆਂ ਚਲਾ ਕੇ ਫਰਾਰ ਹੋ ਗਏ। ਗਣੀਮਤ ਰਹੀ ਕਿ ਇਸ ਗੋਲੀਬਾਰੀ ਦੌਰਾਨ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ। ਉਕਤ ਵਾਰਦਾਤ ਦੀ ਇੱਕ CCTV ਵੀ ਸਾਹਮਣੇ ਆਈ ਹੈ, ਜਿਸ ਵਿੱਚ ਮੋਟਰਸਾਈਕਲਾਂ 'ਤੇ ਸਵਾਰ ਕੁਝ ਵਿਅਕਤੀ ਖੜ੍ਹੇ ਨਜ਼ਰ ਆ ਰਹੇ ਨੇ। ਘਟਨਾ ਸੰਬੰਧੀ ਜਾਣਕਾਰੀ ਦਿੰਦਿਆਂ ਜਸਪ੍ਰੀਤ ਪੁੱਤਰ ਕੁਲਵਿੰਦਰ ਕੁਮਾਰ ਵਾਸੀ ਕਾਂਟੀਆਂ ਨੇ ਦੱਸਿਆ ਕਿ ਉਹ JCB ਚਲਾਉਣ ਦਾ ਕੰਮ ਕਰਦਾ ਹੈ ਅਤੇ 2 ਦਿਨ ਪਹਿਲਾਂ ਹੀ ਉਸ ਦਾ ਕਿਸੇ ਨਾਲ ਮਾਮੂਲੀ ਝਗੜਾ ਹੋਇਆ ਸੀ, ਜਿਸ ਤੋਂ ਬਾਅਦ ਉਕਤ ਨੌਜਵਾਨਾਂ ਵੱਲੋਂ ਆਪਣੇ ਸਾਥੀਆਂ ਨਾਲ ਮਿਲ ਕੇ ਘਰ ਦੇ ਬਾਹਰ 4 ਗੋਲੀਆਂ ਚਲਾਈਆਂ ਗਈਆਂ, ਜਿਸ ਵਿੱਚੋਂ ਇੱਕ ਗੋਲੀ ਉਹਨਾਂ ਦੇ ਘਰ ਦੇ ਮੇਨ ਗੇਟ 'ਤੇ ਲੱਗੀ ਹੈ। ਉਹਨਾਂ ਦੱਸਿਆ ਕਿ ਜਿਹਨਾਂ ਨੌਜਵਾਨਾਂ ਨੇ ਗੋਲੀਆਂ ਚਲਾਈਆਂ ਨੇ ਉਹਨਾਂ ਵਿੱਚੋਂ ਉਹ ਕਈਆਂ ਨੂੰ ਪਹਿਚਾਣਦਾ ਵੀ ਹੈ। ਉਹਨਾਂ ਪੁਲਿਸ ਪ੍ਰਸ਼ਾਸਨ ਪਾਸੋਂ ਮੰਗ ਕੀਤੀ ਕਿ ਹਮਲਾਵਰਾਂ ਖਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ। ਉੱਧਰ ਦੂਸਰੇ ਪਾਸੇ ਮੌਕੇ 'ਤੇ ਪਹੁੰਚੇ ਹਰਿਆਣਾ ਦੇ ਪੁਲਿਸ ਅਧਿਕਾਰੀ ਦਲਜੀਤ ਸਿੰਘ ਦਾ ਕਹਿਣਾ ਹੈ ਕਿ ਪੁਲਿਸ ਵੱਲੋਂ ਮਾਮਲਾ ਦਰਜ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਜਲਦ ਹੀ ਦੋਸ਼ੀ ਪੁਲਿਸ ਦੀ ਗ੍ਰਿਫਤ ਵਿੱਚ ਹੋਣਗੇ। ਕੀ ਨਾਮ ਹੈ ਤੁਹਾਡਾ? ਜਸਪ੍ਰੀਤ ਬਾਈ। ਕਿਹੜਾ ਪਿੰਡ ਹੈ? ਕਾਂਟੀਆਂ ਜੀ। ਜਸਪ੍ਰੀਤ ਜੀ, ਕੀ ਗੱਲਬਾਤ ਹੋਈ ਤੁਹਾਡੇ ਘਰ? ਬਈ ਕੁਛ ਵੀ ਨਹੀਂ, ਮਾੜੀ ਮੋਟੀ ਰਿੰਦਰ ਚੱਲਦੀ ਸੀਗੀ, ਮਾੜੀ ਮੋਟੀ ਫੋਨ 'ਤੇ ਧਮਕੀਆਂ ਆ ਰਹੀਆਂ ਸੀਗੀਆਂ, ਕਹਿੰਦੇ ਨਹਿਰ 'ਤੇ ਆ ਜਾਓ, ਉੱਥੇ ਆ ਜਾਓ, ਚਲੋ ਆਪਾਂ ਕੇ ਘਰ ਦੇ ਕਹਿੰਦੇ ਤੁਸੀਂ ਘਰੋਂ ਨਹੀਂ ਨਿਕਲਣਾ, ਨਹੀਂ ਜਾਣਾ ਕਿਤੇ। ਬਾਕੀ ਉਹਨਾਂ ਨੇ ਆਏ ਸਾਡੇ ਘਰ 'ਤੇ ਹਮਲਾ ਕੀਤਾ, ਉੱਧਰੋਂ ਆ ਰਹੇ ਸੀ ਮੋਟਰਸਾਈਕਲ 'ਤੇ ਗੋਲੀ ਚਲਾਈ ਉਹਨਾਂ ਨੇ ਜੀ। 3 ਪਿਸਤੌਲ ਸੀਗੇ ਜੀ, ਰਾਣੇ ਤੋਂ ਜੀ, ਰੋਹਿਤ ਨਿਆਜੀਆਂ ਜੀ, ਕੋਟਲਾ ਸਾਬੀ, ਲਵਲੀ, ਕੋਈ ਰਿਤਿਕ। ਤਾਂ ਕਿੰਨੀਆਂ ਗੋਲੀਆਂ ਚਲਾਈਆਂ? ਭਾਈ 4 ਗੋਲੀਆਂ ਚੱਲੀਆਂ ਜੀ। ਮਾੜੀ ਮੋਟੀ ਸਾਡੇ ਤੋਂ ਮਸ਼ੀਨ ਆ, ਰਾਣੀ ਤੋਂ ਮਸ਼ੀਨ ਆ, ਆਪਾਂ ਮੁੰਡਾ ਮੁੰਡਾ ਦਾ ਕੰਮ ਕਰੀਦਾ ਜੀ। ਬਾਕੀ ਆਪ ਥੋੜੀ ਮੁੰਡੇ ਦੀ, ਸਾਡੇ ਭੂਆ ਦਾ ਮੁੰਡਾ ਜੀ, ਉਹਦੀ ਮਾੜੀ ਮੋਟੀ ਕਜਾ ਹੋਈ, ਥੱਪੜ ਥੱਪੜ ਉਹਨਾਂ ਨੇ ਮਾਰੀ ਜੀ ਰਾਤ ਨੂੰ ਪਾਰਟੀ 'ਚ ਬੁਲਾ ਕੇ। ਆਪਾਂ ਗੱਲ ਕੀਤੀ ਭਾਜੀ ਕੀ ਹੋਇਆ ਜੀ, ਉਹ ਸਾਨੂੰ ਉਲਟਾ ਕਹਿ ਰਹੇ ਤੁਸੀਂ ਆ ਜਾਓ, ਟਾਈਮ ਪਾਉਂਦੇ ਸਨ। ਆਪਾਂ ਕਿਹਾ ਕੋਈ ਗੱਲ ਨਹੀਂ, ਸਵੇਰੇ ਗੱਲ ਕਰਾਂਗੇ। ਡੈਡੀ ਹੁਣੀ ਕਹਿੰਦੇ ਆਪਾਂ ਗੱਲ ਕਰਾਂਗੇ, ਬਸ ਇੰਨੀ ਗੱਲ ਹੋਈ। ਫੋਨ ਤੇ ਕੌਣ ਤਾਂ ਕਹਿ ਦਿੰਦਾ? ਰੋਹਿਤ ਜੀ, ਰਾਣਾ। ਤੇ ਥਾਣਾ ਕਿਹੜਾ ਲੱਗਦਾ ਤੁਹਾਨੂੰ? ਸਾਨੂੰ ਹਰਿਆਣਾ ਥਾਣਾ ਜੀ। ਤੇ ਕੀ ਪੁਲਿਸ ਆ ਗਈ ਸੀ ਰਾਤੀ ਮੌਕੇ ਤੇ? ਹਾਂਜੀ, ਮੌਕੇ ਤੇ ਆ ਗਈ ਜੀ। CCTV ਵੀ ਆਈ ਆ? ਹਾਂਜੀ ਸਰ। ਕੀ ਉੱਥੇ ਨਜ਼ਰ ਆ ਰਿਹਾ? ਸਰ ਗੋਲੀ ਆ ਰਹੀ ਹੈ, ਗੋਲੀ ਮੁੰਡਾ ਚਲਾ ਰਿਹਾ, ਐਂਡ ਤੇ ਮੋਟਰਸਾਈਕਲ ਚਲਾ ਰਿਹਾ, ਵਾਜ ਆ ਰਹੀ ਹੈ ਵਿੱਚ ਜੀ। ਕਿੰਨੇ ਮੋਟਰਸਾਈਕਲ ਦੇ ਕਿੰਨੇ ਮੁੰਡੇ ਸੀ ਜੀ? 12-13 ਮੁੰਡੇ ਸੀਗੇ, 5-6 ਕੁ ਮੋਟਰਸਾਈਕਲ ਸੀਗੇ, 6-7 ਮੋਟਰਸਾਈਕਲ। ਰਾਤ ਕਿੰਨੇ ਵਜੇ ਦੀ ਗੱਲ ਹੈ? ਇਹ ਜੀ 8:50 ਦੇ ਪੂਰੇ। ਥਾਣਾ ਕਿਹੜਾ ਲੱਗਦਾ ਤੁਹਾਨੂੰ? ਹਰਿਆਣਾ ਥਾਣਾ ਜੀ। ਤੇ ਹੁਣ ਪੁਲਿਸ ਆਈ ਹੈ, ਕੀ ਕਹਿ ਰਹੀ ਪੁਲਿਸ? ਕਹਿੰਦੇ ਕਾਰਵਾਈ ਕਰਾਂਗੇ ਆਪਾਂ, ਤੁਹਾਨੂੰ ਇਨਸਾਫ ਮਿਲੂਗਾ ਤੁਹਾਨੂੰ। ਕੀ ਮੰਗ ਕਰਦੇ ਤੁਸੀਂ? ਹਾਂ, ਤੁਹਾਨੂੰ ਇਨਸਾਫ ਮਿਲਣਾ ਚਾਹੀਦਾ, ਸਾਨੂੰ ਖਤਰਾ ਇਹਨਾਂ ਤੋਂ ਜੀ, ਰਾਣੇ ਤੋਂ, ਰੋਹਿਤ ਤੋਂ। ਕਦੋਂ ਕਦੋਂ ਰੰਜਿਸ਼ ਚੱਲੀ ਆ ਰਹੀ ਇਹਨਾਂ ਨਾਲ ਤੁਹਾਡੀ ਤਕਰਾਰ? ਸਰ ਪਹਿਲਾਂ ਹੈ ਨਹੀਂ ਸੀ ਜੀ, ਕੱਲ੍ਹ ਦੀ ਗੱਲ ਹੈ ਜੀ, ਮੁੰਡੇ ਪਰਸੋਂ ਹੋਈ ਆ ਰਾਤ ਨੂੰ, ਉਹਨਾਂ ਮਾੜੀ ਮੋਟੀ ਕਜਾ ਹੋਈ ਆ ਜੀ। ਕੋਈ ਕਹਿੰਦੇ ਨਾ ਸੀ? ਮੁੰਡਾ ਮੈਂਟੂ ਹੈ ਜੀ, ਸਾਡੀ ਭੂਆ ਦਾ ਜੀ, ਉਹਨਾਂ ਹੋਈ ਆ। ਸਾਡੇ ਪਰਿਵਾਰ 'ਤੇ ਜੀ ਮਾਤਾ, ਬਾਪੂ ਨੀ ਆ, ਵਾਈਫ ਆ। ਪਛਾਣ ਹੋਈ ਕਿੱਥੇ ਕਿਤੇ ਮੁੰਡੇ ਆ ਜਿਹੜੇ ਹਮਲਾਵਰ ਸੀਗੇ? ਮਾਮਲਾ ਦਰਜ ਕੀਤਾ ਗਿਆ। ਬਿਲਕੁਲ ਠੀਕ ਠਾਕ।